ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀ ਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਸੀਏਏ ਲਾਗੂ ਕਰਨਾ ਭਾਜਪਾ ਦੀ ਵੋਟ ਬੈਂਕ ਦੀ ਗੰਦੀ ਰਾਜਨੀਤੀ, ਕਿਹਾ ਅਰਵਿੰਦ ਕੇਜਰੀਵਾਲ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਬਿਆਨ, ਅੱਜ ਸਿਆਸਤ ਚ ਲਿਆ ਦੇਵਾਂਗੇ ਭੂਚਾਲ। ਗੜ੍ਹਦੀਵਾਲਾ ਛੋਟੇ ਭਰਾ ਨੇ ਤੇਜ਼ ਧਾਰ ਹਥਿਆਰ ਨਾਲ ਕੀਤਾ ਵੱਡੇ ਭਰਾ ਦਾ ਕਤਲ, ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਾਗਰਿਕਤਾ ਐਕਟ ਨੂੰ ਲਾਗੂ ਕਰਨਾ ਭਾਜਪਾ ਦੀ ਵੋਟ ਬੈਂਕ ਦੀ ਗੰਦੀ ਰਾਜਨੀਤੀ ਹੈ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਨੇ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਏ। ਕੇਜਰੀਵਾਲ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਇਸ ਕਾਨੂੰਨ ਰਾਹੀਂ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਵੱਡੀ ਗਿਣਤੀ 'ਚ ਗਰੀਬ ਘੱਟ ਗਿਣਤੀਆਂ ਦੇ ਭਾਰਤ ਆਉਣ ਦੇ ਦਰਵਾਜ਼ੇ ਖੋਲ੍ਹੇ ਨੇ। ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ 3.5 ਕਰੋੜ ਘੱਟ ਗਿਣਤੀਆਂ ਨੇ ਅਤੇ ਭਾਜਪਾ ਸਾਡੇ ਲੋਕਾਂ ਦਾ ਪੈਸਾ ਇਹਨਾਂ ਪ੍ਰਵਾਸੀਆਂ ਨੂੰ ਇੱਥੇ ਨੌਕਰੀ ਅਤੇ ਘਰ ਦੇ ਕੇ ਵਸਾਉਣ ਲਈ ਖਰਚ ਕਰਨਾ ਚਾਹੁੰਦੀ ਹੈ। ਭਾਜਪਾ ਕੀ ਕੇਂਦਰ ਸਰਕਾਰ ਨੇ ਸੀਏ ਲਾਗੂ ਕਰਨੇ ਕਾ ਨੋਟੀਫਿਕੇਸ਼ਨ ਜਾਰੀ ਕੀਆ ਹੈ। 10 ਸਾਲ ਦੇਸ਼ ਪੇ ਰਾਜ ਕਰਨੇ ਕੇ ਬਾਅਦ ਐਨ ਚੁਣਾਵ ਕੇ ਪਹਿਲੇ ਇਨ ਲੋਗੋਂ ਕੋ ਸੀਏ ਕੀ ਬਾਤ ਕਰਨੀ ਪੜ ਰਹੀ ਹੈ। ਅਗਰ 10 ਸਾਲ ਮੇਂ ਕੁਛ ਅੱਛਾ ਕਾਮ ਕਰ ਲੇਤੇ ਤੋ ਸ਼ਾਇਦ ਆਜ ਸੀਏ ਕੀ ਜਗ੍ਹਾ ਆਪਣੇ ਕਾਮੋਂ ਪੇ ਵੋਟ ਮੰਗ ਰਹੇ ਹੋਤੇ। ਆਜ ਦੇਸ਼ ਕੇ ਸਾਹਮਣੇ ਸਭਸੇ ਬੜੀ ਸਮੱਸਿਆ ਮਹਿੰਗਾਈ ਔਰ ਬੇਰੁਜ਼ਗਾਰੀ ਕੀ ਹੈ। ਕਿਸੀ ਕੋ ਵੀ ਘਰ ਚਲਾਉਣਾ ਮੁਸ਼ਕਿਲ ਹੋ ਰਹਾ ਹੈ, ਇਤਨੀ ਜ਼ਿਆਦਾ ਮਹਿੰਗਾਈ ਹੋ ਗਈ ਹੈ, ਕਮਰ ਤੋੜ ਮਹਿੰਗਾਈ ਹੋ ਰਹੀ ਹੈ। ਉੱਧਰ ਹਮਾਰੇ ਯੁਵਾ ਦਰ ਦਰ ਕੀ ਠੋਕਰੇ ਖਾ ਰਹੇ ਹੈ ਰੋਜ਼ਗਾਰ ਕੇ ਲੀਏ, ਉਨਕੇ ਉੱਪਰ ਡੰਡੇ ਲਾਠੀਆਂ ਬਰਸਾਈ ਜਾ ਰਹੀ ਹੈ। ਐਸੇ ਮੇਂ ਸਰਕਾਰ ਬੇਰੁਜ਼ਗਾਰੀ ਔਰ ਮਹਿੰਗਾਈ ਕਾ ਸਮਾਧਾਨ ਢੂੰਢਣੇ ਕੀ ਬਜਾਏ ਸੀਏ ਕੀ ਬਾਤ ਕਰ ਰਹੀ ਹੈ, ਤੋ ਇਹ ਬੜੇ ਦੁੱਖ ਕੀ ਬਾਤ ਹੈ। ਯੇ ਸੀਏ ਆਖਿਰ ਹੈ ਕਿਆ? ਬੀਜੇਪੀ ਕੀ ਕੇਂਦਰ ਸਰਕਾਰ ਕਾ ਕਹਿਣਾ ਹੈ ਕਿ ਤੀਨ ਦੇਸ਼, ਬਾਂਗਲਾਦੇਸ਼, ਪਾਕਿਸਤਾਨ ਔਰ ਅਫਗਾਨਿਸਤਾਨ, ਇਨ ਤੀਨ ਦੇਸ਼ੋਂ ਕੇ ਅਲਪਸੰਖਿਅਕ ਜੋ ਹੈ ਵੋ ਅਗਰ ਭਾਰਤ ਕੀ ਨਾਗਰਿਕਤਾ ਲੈਣਾ ਚਾਹੇ ਤੋ ਉਹਨੇ ਭਾਰਤ ਕੀ ਨਾਗਰਿਕਤਾ ਦੇ ਦੀ ਜਾਏਗੀ। ਇਸਕਾ ਮਤਲਬ ਬੜੀ ਸੰਖਿਆ ਮੇਂ ਯਹਾਂ ਸੇ ਅਲਪਸੰਖਿਅਕੋਂ ਕੋ ਹਮਾਰੇ ਦੇਸ਼ ਮੇਂ ਲਾਇਆ ਜਾਏਗਾ, ਉਨਕੋ ਰੋਜ਼ਗਾਰ ਦੀਏ ਜਾਏਂਗੇ, ਉਨਕੇ ਲੀਏ ਘਰ ਬਣਾਏ ਜਾਏਂਗੇ, ਉਨਕੋ ਯਹਾਂ ਬਸਾਇਆ ਜਾਏਗਾ। ਅਜੀਬ ਬਾਤ ਹੈ ਨਾ, ਬੀਜੇਪੀ ਕੀ ਕੇਂਦਰ ਸਰਕਾਰ ਸੇ ਹਮਾਰੇ ਬੱਚੋਂ ਕੋ ਰੋਜ਼ਗਾਰ ਦੀਏ ਨਹੀਂ ਜਾ ਰਹੇ, ਪਾਕਿਸਤਾਨ ਸੇ ਲੋਗੋਂ ਕੋ ਲਾ ਕੇ ਉਨਕੇ ਬੱਚੋਂ ਕੋ ਰੋਜ਼ਗਾਰ ਦੇਣਾ ਚਾਹਤੇ ਹੈਂ। ਹਮਾਰੇ ਲੋਗੋਂ ਕੇ ਪਾਸ ਤੋ ਘਰ ਨਹੀਂ ਹੈ, ਭਾਰਤ ਕੇ ਤੋ ਢੇਰੋ ਲੋਕ ਬੇਘਰ ਹੈ, ਲੇਕਿਨ ਬੀਜੇਪੀ ਵਾਲੇ ਪਾਕਿਸਤਾਨ ਸੇ ਲੋਗੋਂ ਕੋ ਲਾ ਕੇ ਉਹਨੇ ਭਾਰਤ ਮੇਂ ਬਸਾਨਾ ਚਾਹਤੇ ਹੈਂ, ਉਨਕੋ ਘਰ ਦੇਣਾ ਚਾਹਤੇ ਹੈਂ, ਹਮਾਰੇ ਰੋਜ਼ਗਾਰ ਉਨਕੇ ਬੱਚੋਂ ਕੋ ਦੇਣਾ ਚਾਹਤੇ ਹੈਂ, ਹਮਾਰੇ ਹੱਕ ਕੇ ਘਰ ਉਨਮੇਂ ਪਾਕਿਸਤਾਨੀਓਂ ਕੋ ਬਸਾਨਾ ਚਾਹਤੇ ਹੈਂ। ਭਾਰਤ ਸਰਕਾਰ ਕਾ ਜੋ ਸਰਕਾਰੀ ਪੈਸਾ ਹਮਾਰੇ ਪਰਿਵਾਰ ਔਰ ਦੇਸ਼ ਕੇ ਵਿਕਾਸ ਪੇ ਖਰਚ ਹੋਣਾ ਚਾਹੀਏ,
वो पैसा पाकिस्तानियों को भारत में बसाने पे खर्च किया जाएगा। ਸੀਏ ਕਾਨੂੰਨ ਨੂੰ ਲੈ ਕੇ ਪਾਕਿਸਤਾਨੀ ਲੋਕ ਕਾਫੀ ਖੁਸ਼ ਦਿਖਾਈ ਦੇ ਰਹੇ ਨੇ। ਸੀਏ ਕਾਨੂੰਨ ਕਾਰਨ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਲੋਕਾਂ ਵਿੱਚ ਇੱਕ ਨਵੀਂ ਉਮੀਦ ਜਗੀ ਹੈ। ਇਸ ਮੌਕੇ ਕਾਬਲ ਕੰਧਾਰ ਅਫਗਾਨਿਸਤਾਨ ਤੋਂ ਆਏ ਲੋਕਾਂ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਅਸੀਂ 1992 ਵਿੱਚ ਉੱਜੜ ਕੇ ਆਪਣੀ ਜਾਨ ਬਚਾ ਕੇ ਇੱਥੇ ਆਏ ਸੀ। ਇਸ ਭਾਰਤ ਦੇਸ਼ ਨੇ ਸਾਨੂੰ ਜਗ੍ਹਾ ਦਿੱਤੀ, ਖਾਣ ਨੂੰ ਰੋਟੀ ਦਿੱਤੀ, ਸਿਰ ਢੱਕਣ ਨੂੰ ਛੱਤ ਦਿੱਤੀ। ਉਹਨੇ ਕਿਹਾ ਕਿ ਅੱਜ ਸਾਨੂੰ 32 ਸਾਲ ਹੋ ਚੁੱਕੇ ਨੇ ਦੇਸ਼ 'ਚ ਰਹਿੰਦੇ, ਸਾਨੂੰ ਕਦੇ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਅਤੇ ਸੱਚੇ ਪਾਤਸ਼ਾਹ ਦੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਇਹ ਕਾਨੂੰਨ ਪਾਸ ਕਰਕੇ ਸਾਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ। ਮੇਰਾ ਨਾਮ ਸਰ ਦਲਵਿੰਦਰ ਸਿੰਘ ਹੈਗਾ ਜੀ। ਭਾਰਤ ਸਰਕਾਰ ਵੱਲੋਂ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਇਹਦੇ ਬਾਰੇ ਕੀ ਕਹਿਣਾ? ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਇਹਨੂੰ। ਅਸੀਂ ਤੇ ਅੱਜ ਤੋਂ 3 ਤੋਂ 4 ਸਾਲ ਪਹਿਲੇ ਮੋਦੀ ਜੀ ਨੇ ਲਿਆ ਸੀ ਡਿਸੀਜਨ ਕਿ ਆਪਾਂ ਤੁਹਾਨੂੰ CAN ਦੇਵਾਂਗੇ ਜੀ, ਤੇ ਮਤਲਬ ਕਿ ਅਸੀਂ ਤੇ ਉਹੀ ਵੇਟ ਕਰ ਰਹੇ ਹਾਂ ਕਿ ਕਦੋਂ ਮੋਦੀ ਸਰਕਾਰ ਇਹ ਡਿਸੀਜਨ ਪੂਰਾ ਕਲੀਅਰ ਕਰਦੀ ਆ। ਹਾਂਜੀ, ਰਾਹਤ ਮਿਲੀ ਨਜ਼ਰ ਆ, ਰਾਹਤ ਪੂਰੀ ਹੈ ਤੁਹਾਡੇ, ਦੇਖ ਰਹੇ ਹੋ ਫੇਸ ਤੁਹਾਡੀ, ਖੁਸ਼ੀ ਦੇਖ ਲਓ ਤੁਸੀਂ ਆਪ ਹੀ। ਉੱਧਰ ਮਾਹੌਲ ਸਰ ਖਰਾਬ ਹੀ ਸੀ ਤਕਰੀਬਨ। ਮੈਨੂੰ ਅੱਜ ਮੇਰੀ ਜਿਹੜੀ ਏਜ ਹੈ ਮੇਰੀ 29 ਸਾਲ ਏਜ ਆ, ਮੈਂ ਜਦੋਂ ਆਇਆ ਸੀ 1 ਸਾਲ ਦਾ ਸੀ ਜਦੋਂ ਉਧਰੋਂ ਆਇਆ ਹਾਂ, ਤੇ ਜੇ ਆਪਣੇ ਮਦਰ ਫਾਦਰ ਜਿਹੜੇ ਕਹਿੰਦੇ ਸੀ ਕਿ ਕੋਈ ਮਾਹੌਲ ਚੰਗੇ ਨਹੀਂ ਸੀ, ਹਾਂ ਨਾ ਕੋਈ ਪੜ੍ਹਾਈ ਸੀ ਨਾ ਕੁਛ ਸੀ, ਉਹਦੇ ਬੇਸ ਕਰਕੇ ਵੀ ਅਸੀਂ ਇੱਥੇ ਆਏ ਹਾਂ ਕਿ ਤੁਹਾਡਾ ਸਟਰਗਲ ਸਾਡਾ ਕਵਰ ਹੋ ਜਾਏਗਾ, ਸੈਟਿੰਗ ਹੋ ਜਾਏਗੀ ਤਕਰੀਬਨ ਹੀ ਸਾਡੀ। ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ? ਘਰ ਦੇ ਵਿੱਚ ਤਾਂ ਬਹੁਤ ਖੁਸ਼ੀ ਹੈ ਜੀ। ਹੁਣ ਮੇਰੀ ਸਾਡੇ ਸਰ ਜਿਹੜੇ ਹੁਣ ਮੇਰੇ ਆਪਣੇ 2 ਬੱਚੇ ਆ ਜੀ, ਹਾਂ ਮੈਰਿਜ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਈਆਂ ਸਾਨੂੰ, ਹਾਂ ਜਿਹੜੀਆਂ ਸਿਸਟਰ ਦੀਆਂ ਵੀ ਮੈਰਿਜ ਕਰਨੀਆਂ ਸੀ, ਉਹ ਲੋਕ ਜਿਵੇਂ ਜਿਹੜੇ ਜਿਨ੍ਹਾਂ ਨਾਲ ਸਾਡਾ ਰਿਸ਼ਤਾ ਜਿਵੇਂ ਉਹਨਾਂ ਦਾ ਰਿਸ਼ਤਾ ਹੁੰਦਾ ਸੀ ਜਿਵੇਂ, ਤੇ ਉਹ ਕਹਿੰਦੇ ਕਿ ਯਾਰ ਇਹ ਇਹਨਾਂ ਦਾ ਡਾਕੂਮੈਂਟ ਦਾ ਪੰਗਾ ਰਹਿਣਾ, ਅਸੀਂ ਇਹਨਾਂ ਨਾਲ ਨਹੀਂ ਕਰ ਸਕਦੇ। ਕਿਸਾਨ ਅੰਦੋਲਨ ਵਿਚਾਲੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਨ ਪੰਦੇਲ ਦਾ ਵੱਡਾ ਬਿਆਨ ਸਾਹਮਣੇ। ਉਹਨੇ ਕਿਹਾ ਕਿ ਅੱਜ ਦੁਪਹਿਰ ਨੂੰ ਸ਼ੰਭੂ ਬਾਰਡਰ ਤੋਂ ਵੱਡਾ ਐਲਾਨ ਕੀਤਾ ਜਾਏਗਾ ਜਿਸ ਨਾਲ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਭੂਚਾਲ ਆਏਗਾ। ਉਹਨੇ ਕਿਹਾ ਕਿ ਦੁਪਹਿਰ 3 ਵਜੇ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਜਾਏਗੀ। ਇਸ ਸੰਬੰਧੀ ਜਾਰੀ ਵੀਡੀਓ ਸੰਦੇਸ਼ 'ਚ ਉਹਨੇ ਕਿਹਾ ਕਿ ਅੱਜ ਇਸ ਤਰ੍ਹਾਂ ਦਾ ਐਲਾਨ ਕਰਨ ਜਾ ਰਹੇ ਜਿਹੜਾ ਪੰਜਾਬ ਤੇ ਦੇਸ਼ ਦੀ ਸਿਆਸਤ 'ਚ ਭੂਚਾਲ ਲਿਆ ਦੇਗਾ ਤੇ ਭਾਜਪਾ ਗੱਠਜੋੜ ਨੂੰ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਉਹਨੇ ਕਿਹਾ ਕਿ ਸਾਡਾ ਮੋਰਚਾ 3ਵੇਂ ਦਿਨ ਤੇ ਮੋਦੀ ਸਰਕਾਰ ਵੱਲੋਂ ਕੀਤੀ ਗਈ ਬੈਰੀਕੇਡਿੰਗ 36ਵੇਂ ਦਿਨ 'ਚ ਦਾਖਲ ਹੋ ਗਏ। ਇਸ ਤਰ੍ਹਾਂ ਮੋਦੀ ਸਰਕਾਰ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਕਰ ਰਹੀ ਹੈ ਤੇ ਹਰਿਆਣਾ ਨੂੰ ਖੁੱਲੀ ਜੇਲ੍ਹ ਬਣਾ ਕੇ ਰੱਖਿਆ ਹੋਇਆ ਤੇ ਦਿੱਲੀ ਦੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਅੱਜ ਸ਼ੰਭੂ ਬਾਰਡਰ ਤੋਂ 3 ਵਜੇ ਦੇਸ਼ ਦੇ ਸਾਰੇ ਪੱਤਰਕਾਰਾਂ ਨੂੰ ਸੱਦ ਕੇ PC ਕਰਕੇ ਹੋਊਗਾ ਦੋਵਾਂ ਫੋਰਮਾਂ ਵੱਲੋਂ ਵੱਡਾ ਐਲਾਨ। ਸੋ ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਅਤੇ ਦੇਸ਼ ਦੀ ਸਿਆਸਤ ਵਿੱਚ ਭੁਚਾਲ ਲਿਆ ਦੂਗਾ ਔਰ ਭਾਜਪਾ ਗੱਠਜੋੜ ਨੂੰ ਮਜਬੂਰ ਕਰੂਗਾ ਵੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਔਰ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸੱਦਾ ਵੀ ਉਹ 3 ਵਜੇ ਸ਼ੰਭੂ ਬਾਰਡਰ 'ਤੇ ਜ਼ਰੂਰ ਪਹੁੰਚਣ। ਜਿਹੜਾ ਮੋਰਚਾ ਸਾਡਾ ਅੱਜ 3ਵੇਂ ਦਿਨ ਵਿੱਚ ਦਾਖਲ ਆ, ਦੂਜੇ ਬੰਨੇ ਮੋਦੀ ਸਰਕਾਰ ਦੀਆਂ ਹਰਿਆਣਾ ਬਾਰਡਰ 'ਤੇ ਰੋਕਾਂ 36ਵੇਂ ਦਿਨ ਵਿੱਚ ਦਾਖਲ ਹੋ ਗਈਆਂ। ਜਿਵੇਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਮੋਦੀ ਸਰਕਾਰ ਕਰ ਰਹੀ ਆ, ਪੰਜਾਬ ਦੇ ਵਪਾਰੀਆਂ ਦਾ, ਪੰਜਾਬ ਦੇ ਟਰਾਂਸਪੋਰਟਰਾਂ ਦਾ, ਪੰਜਾਬ ਦੀ ਖੇਤੀਬਾੜੀ ਸੈਕਟਰ ਦਾ, ਇਸੇ ਤਰ੍ਹਾਂ ਹਰਿਆਣੇ ਨੂੰ ਜਿਵੇਂ ਖੁੱਲ੍ਹੀ ਜੇਲ੍ਹ ਬਣਾ ਕੇ ਰੱਖਿਆ ਹੋਇਆ ਮੋਦੀ ਸਰਕਾਰ ਨੇ, ਦਿੱਲੀ ਦੇ ਲੋਕਾਂ ਨੂੰ ਜਿਵੇਂ
ਤੰਗ ਪਰੇਸ਼ਾਨ ਕਰ ਰਹੀ ਆ। ਇਹਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ। ਜਿਵੇਂ ਅੰਦੋਲਨ ਦੇਸ਼ ਭਰ ਵਿੱਚ ਵਧਿਆ ਹੈਗਾ, ਜਿਵੇਂ ਰੇਲ ਰੋਕੋ ਅੰਦੋਲਨ ਨੇ, ਜਿਵੇਂ ਭਾਜਪਾ ਸਰਕਾਰ ਦੀ ਨੀਂਦ ਹਰਾਮ ਕੀਤੀ ਆ, ਔਰ ਇਸ ਕਰਕੇ ਜਿਵੇਂ ਸੇਕ ਪਹੁੰਚਿਆ ਹੁਣ ਭਾਜਪਾ ਸਰਕਾਰ ਨੂੰ, ਮੋਦੀ ਸਰਕਾਰ ਨੂੰ, ਇਸ ਕਰਕੇ CAA ਲਿਆਉਣਾ ਪੈ ਗਿਆ। ਔਰ ਜੇ 400 ਸੀਟਾਂ ਜਿੱਤ ਰਹੇ ਸੀ ਤਾਂ ਫਿਰ ਇਹਦੀ ਲੋੜ ਕੀ ਸੀ ਬਾਈ? ਫਿਰ ਯਤਨ ਕੀਤਾ ਵੀ ਹਿੰਦੂ ਮੁਸਲਿਮ ਦਾ ਰੌਲਾ ਪਾਇਆ ਜਾ ਸਕੇ, ਹਿੰਦੂ ਸਿੱਖਾਂ ਦਾ ਰੌਲਾ ਪਾ ਸਕੇ, ਸਵਰਨ ਜਾਤੀਆਂ ਅਤੇ ਦਲਿਤਾਂ ਦਾ ਰੌਲਾ ਪਾਇਆ ਜਾ ਸਕੇ, ਪਰ ਇਹਨਾਂ ਦੀ ਮੇਰੇ ਖਿਆਲ ਕੋਈ ਸੁਣਨ ਵਾਲਾ ਹੈ ਨਹੀਂ ਹੈਗਾ। ਇਸ ਕਰਕੇ ਪੰਜਾਬ ਦੇ ਦੇਸ਼ ਦੇ ਉਹ ਕਿਸਾਨ ਮਜ਼ਦੂਰੋ, ਇਹ ਮੌਕਾ ਵਾਰ ਵਾਰ ਨਹੀਂ ਆਉਣਾ ਹੈਗਾ ਬਾਈ। ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਦਾ ਹੱਲ ਕਰਨਾ ਪਊ। ਬਾਰਡਰ 'ਤੇ ਲੱਗੇ ਮੋਰਚੇ ਜਾਣੀ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਗਏ ਆ। ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਣ ਦੀ ਖਬਰ ਹੈ, ਜਿੱਥੇ ਆੜ੍ਹਤੀਆਂ ਦਾ ਕੰਮ ਕਰਨ ਵਾਲੇ ਵਿਅਕਤੀ 'ਤੇ ਜਬਰਨ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਨੇ, ਜਿਸ ਨੂੰ ਲੈ ਕੇ ਪਿੰਡ ਵਾਲਿਆਂ ਵਿੱਚ ਜੰਮ ਕੇ ਹੰਗਾਮਾ ਹੋਇਆ। ਇੱਟਾਂ ਰੋੜੇ ਚੱਲੇ, ਲੋਕ ਟਰੈਕਟਰਾਂ ਨੂੰ ਇੱਕ ਦੂਜੇ 'ਤੇ ਚਾੜਦੇ ਨਜ਼ਰ ਆਏ। ਜਾਣਕਾਰੀ ਮੁਤਾਬਿਕ ਦੋ ਧਿਰਾਂ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇੱਕ ਧਿਰ ਵੱਲੋਂ ਇੱਕ ਕਿੱਲਾ ਝਗੜਾ ਨਿਪਟਾਉਣ ਲਈ ਦਿੱਤਾ ਸੀ, ਉੱਥੇ ਜ਼ਮੀਨ 'ਤੇ ਨਿਸ਼ਾਨ ਸਾਹਿਬ ਵੀ ਲਗਾ ਦਿੱਤਾ ਗਿਆ ਸੀ, ਪਰ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ 'ਤੇ ਪਿੰਡ ਵਾਸੀਆਂ 'ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਨੇ, ਜਿਸ ਤੋਂ ਬਾਅਦ ਮਾਮਲਾ ਕਾਫ਼ੀ ਗਰਮਾ ਗਿਆ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜਦੀਵਾਲਾ ਤੋਂ ਵੱਡੀ ਖਬਰ ਸਾਹਮਣੀ। ਇੱਥੇ ਨੇੜਲੇ ਪਿੰਡ ਰਮਦਾਸਪੁਰ ਵਿਖੇ ਛੋਟੇ ਭਰਾ ਨੇ ਵੱਡੇ ਭਰਾ ਦਾ ਬੇਰਹਿਮੀ ਨਾਲ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕੀਤਾ। ਮ੍ਰਿਤਕ ਦੀ ਪਹਿਚਾਣ ਮਨਜੋਤ ਸਿੰਘ ਵਾਸੀ ਰਮਦਾਸਪੁਰ ਵਜੋਂ ਹੋਈ ਹੈ। ਮੁਲਜ਼ਮ ਮਨਪ੍ਰੀਤ ਸਿੰਘ ਨੇ ਕਤਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ 'ਤੇ ਕਿਹਾ ਕਿ ਸਾਡੇ ਘਰ ਬੰਦੇ ਪੈ ਗਏ ਨੇ। ਸਰਪੰਚ ਵੱਲੋਂ ਤੁਰੰਤ ਗੜਦੀਵਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਪੁਲਿਸ ਸਰਪੰਚ ਨਾਲ ਮੌਕੇ ਪਹੁੰਚੀ ਤਾਂ ਘਰ ਦੀਆਂ ਲਾਈਟਾਂ ਬੰਦ ਸੀ ਅਤੇ ਘਰ ਦਾ ਬਾਹਰਲਾ ਗੇਟ ਵੀ ਲੱਗਿਆ ਹੋਇਆ ਸੀ। ਪੁਲਿਸ ਵੱਲੋਂ ਜਦੋਂ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਮਨਜੋਤ ਸਿੰਘ ਖੂਨ ਨਾਲ ਲੱਥਪੱਥ ਪਿਆ ਸੀ। ਜ਼ਿਕਰਯੋਗ ਹੈ ਕਿ ਉਕਤ ਮ੍ਰਿਤਕ ਨੌਜਵਾਨ ਦੇ ਮਾਂ ਪਿਓ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਦੋਵੇਂ ਭਰਾ ਦਾਦੀ ਨਿਰੰਜਰ ਕੌਰ, ਪਤਨੀ ਲੇਟ ਨੰਬਰਦਾਰ ਹਰਭਜਨ ਸਿੰਘ ਨਾਲ ਰਹਿੰਦੇ ਸਨ ਅਤੇ ਉਕਤ ਕਤਲ ਦੀ ਘਟਨਾ ਦਾ ਪਤਾ ਚੱਲਦਿਆਂ ਸਾਂ DSP ਟਾਂਡਾ ਹਰਜੀਤ ਸਿੰਘ ਰੰਧਾਵਾ, ਸਿਟੀ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਸੀਗਾ ਜੀ 21-22 ਸਾਲ ਦਾ। ਅੱਛਾ ਜੀ। ਅਤੇ ਇਹਦਾ ਛੋਟਾ ਭਰਾ ਮਨਪ੍ਰੀਤ ਸਿੰਘ 18-19 ਸਾਲ ਦਾ। ਹਾਂਜੀ। ਇਹਦੇ ਛੋਟੇ ਭਰਾ ਵੱਲੋਂ ਮੈਨੂੰ 1:45 ਫੋਨ ਆਇਆ ਅਤੇ ਸਾਡੇ ਘਰ ਕੋਈ ਬੰਦੇ ਪੈ ਗਏ। ਮੈਂ ਫਿਰ ਪੁਲਿਸ ਪ੍ਰਸ਼ਾਸਨ ਨਾਲ SHO ਸਾਹਿਬ ਨਾਲ ਗੱਲ ਕੀਤੀ, ਇੱਦਾਂ ਇੱਦਾਂ ਗੱਲ ਆ। ਉਹਨਾਂ ਨੇ ਵੀ ਆਪਣੀ ਟੀਮ ਭੇਜੀ। ਜਦੋਂ ਅਸੀਂ ਟੀਮ ਸਮੇਤ ਗਏ ਅਤੇ ਲਾਈਟਾਂ ਬੰਦ ਸੀਗੀਆਂ, ਜਿੱਲਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਮਨਜੋਤ ਸਿੰਘ ਦਾ ਕਤਲ ਹੋਇਆ ਪਿਆ, ਗਲੇ 'ਤੇ ਗੰਡਾਸਾ ਵੱਜਿਆ। ਅੱਛਾ। ਹੁਣ ਪੁਲਿਸ ਕਸਟਡੀ ਵਿੱਚ ਉਸਦਾ ਛੋਟਾ ਭਰਾ ਲੈ ਲਿਆ। ਅੱਛਾ। ਉਸ ਤੋਂ ਪੁੱਛਗਿੱਛ ਕਰ ਰਿਹਾ।
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਦਿਨ ਦਿਹਾੜੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਗੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿੱਚ ਸਾਲ ਕੁ ਪਹਿਲਾਂ ਇਹਨਾਂ ਵੱਲੋਂ ਕੁੜੀਆਂ ਦੇ ਨਾਲ ਛੇੜਖਾਨੀ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਸੀ ਅਤੇ ਪੰਚਾਇਤ ਵਿੱਚ ਰਾਜ਼ੀਨਾਮਾ ਵੀ ਹੋਇਆ ਸੀ, ਪਰ ਅੱਜ ਉਸੇ ਰੰਜਿਸ਼ ਤਹਿਤ ਘਰ ਦਾ ਬੂਹਾ ਖੜਕਾ ਕੇ ਉਸਦੇ ਭਰਾ ਨੂੰ ਗੋਲੀਆਂ ਮਾਰ ਕੇ ਉਸਦਾ ਕਤਲ ਕੀਤਾ ਗਿਆ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਦਾ ਕਹਿਣਾ ਕਿ ਕੋਈ ਪੁਰਾਣੀ ਰੰਜਿਸ਼ ਤਹਿਤ ਇਹ ਕਤਲ ਹੋਇਆ, ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨੇ ਜੀ ਉੱਦਾਂ ਹੀ ਇਹਨਾਂ ਦਾ ਮਤਲਬ ਵੀ ਝਗੜਾ ਸੀ ਪਿੰਡ ਦੇ ਵਿੱਚ, ਸਾਲ ਕੁ ਪਹਿਲਾਂ ਕੁੜੀਆਂ ਦੀ ਛੇੜਖਾਨੀ ਕਰਦੇ ਸੀ, ਉਹਦੇ 'ਚ ਸਮਝਾਇਆ ਸੀ ਵੀ ਇੱਦਾਂ ਮਤਲਬ ਵੀ ਨਾ ਛੇੜੋ ਸਾਡੀਆਂ ਭੈਣਾਂ ਵਾ, ਪਿੰਡ ਦੇ ਮੈਂਬਰ ਨੂੰ ਨਾਲ ਲੈ ਕੇ ਵਿੱਚ ਪਾ ਕੇ ਸਮਝਾਇਆ ਸੀ, ਅਤੇ ਉਦੋਂ ਇਹਨਾਂ ਨੇ ਸੌਰੀ ਮੰਗ ਲਈ ਵੀ ਚਲੋ ਸਾਨੂੰ ਪਤਾ ਨਹੀਂ ਵੀ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਪਤਾ ਨਹੀਂ, ਅਤੇ ਉਹ ਚੀਜ਼ ਦਾ ਪਤਾ ਨਹੀਂ ਵੀ ਇਹਨਾਂ ਨੇ ਇਹ ਕੰਮ ਕਰ ਦੇਣਾ ਅਤੇ ਅੱਜ ਸ਼ਰੇਆਮ ਆਣ ਕੇ ਅਤੇ ਸਾਲ ਬਾਅਦ ਬੂਹੇ ਗਾੜੀ ਗੋਲੀਆਂ ਮਾਰ ਕੇ ਕਰ ਪਿੰਡ ਦੇ ਮੁੰਡੇ ਘਰ ਲਾਗੇ ਗੁਆਂਢੀ ਆ, ਇੱਕ ਸਿੰਮੂ ਆ ਅਤੇ ਇੱਕ ਟਾਟਾ ਟਾਟਾ ਵਾ ਨਾਂ ਲੈਂਦੇ, ਉਹਦਾ ਇੱਕ ਮੁਰਾਦਪੁਰ ਦਾ ਮੁੰਡਾ, ਉਹਦਾ ਮੈਨੂੰ ਨਾਂ ਨਹੀਂ ਜੋ ਪਤਾ, ਮੇਰੇ ਬ੍ਰਦਰ ਹੀ ਵੱਡੇ। ਹੱਲ ਜੀ ਜੋ ਉਹਨਾਂ ਦੇ ਕਾਰਵਾਈ ਬਣਦੀ ਉਹ ਕੀਤੀ ਜਾਵੇ ਹੱਲ, ਇਸੇ ਰੰਜੇ ਕਰਕੇ ਗਾ ਸਮਝਾਇਆ ਸੀ ਬਸ, ਇਹ ਤੋਂ ਵੱਧ ਕੋਈ ਹੋਰ ਇਹਨਾਂ ਨਾਲ ਕੋਈ ਸਾਡਾ ਵੀ ਝਗੜਾ ਨਹੀਂ ਕੋਈ ਇੱਦਾਂ ਦਾ ਕੋਈ ਹੈਗਾ। ਇਹ ਆਪਣੇ ਗੁਰਸੇਵਕ ਸਿੰਘ ਆ ਜੀ, ਜਸਵਿੰਦਰ ਸਿੰਘ ਦੇ ਬੇਟੇ ਨੇ, ਲੇਟ ਰਿਟਾਇਰਡ ASC ਸੀਗੇ, ਉਹਨਾਂ ਦੇ ਬੇਟੇ ਨੇ ਪੰਡੋਰੀ ਗੋਲਾਂ ਦੇ, ਉਹਨਾਂ ਦਾ ਇੱਕ ਫਾਇਰ ਆਰਮ ਇੰਜਰੀ ਹੈਗੀ ਹੈ, ਉਹਦੇ ਨਾਲ ਡੈਥ ਹੋਈ ਆ। ਹਾਂਜੀ ਇੱਕ ਸ਼ੋਟ ਲੱਗਿਆ ਜੀ ਉਹਨਾਂ ਦੇ, ਮਾਮਲਾ ਹਾਲੇ ਰੰਜਿਸ਼ ਕਲੀਅਰ ਨਹੀਂ ਹੋਏਗੀ, ਉਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਕੋਈ ਪੁਰਾਣੀ ਰੰਜਿਸ਼ ਹੈ ਇਹਨਾਂ ਦੇ, ਫੈਮਿਲੀ ਡਿਸਪਿਊਟ ਸੀਗਾ ਲੜਕਿਆਂ ਨੂੰ ਲੈ ਕੇ, ਕੋਈ ਛੇੜਛਾੜ ਦਾ ਮਾਮਲਾ ਸੀਗਾ। ਪੰਡੋਰੀ ਗੋਲਾ ਜੀ ਪਿੰਡ ਵਿੱਚ ਹੋਇਆ, ਹਾਂਜੀ ਘਰ ਦੇ ਬਾਹਰ ਜੀ। 29 ਸਾਲ ਹੈ ਜੀ। ਹਾਂਜੀ ਕਾਰਵਾਈ ਕੀਤੀ ਜਾ ਰਹੀ ਹੈ, ਮਰਡਰ ਦਾ ਕੇਸ ਰਜਿਸਟਰ ਕਰ ਰਹੇ ਹਾਂ ਜੀ। ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਨੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਪਿੰਡ ਚਤਵਾਲ ਵਿਖੇ ਨਵੇਂ ਨਿਰਮਾਣਿਤ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਸਮੇਂ ਕੀਤਾ। ਵਿਧਾਇਕ ਜਸਵੀਰ ਸਿੰਘ ਰਾਜਾ ਨੇ ਆਮ ਆਦਮੀ ਕਲੀਨਿਕ ਦੇ ਸਮੁੱਚੇ ਸਟਾਫ ਨੂੰ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵਧੀਆ ਤਰੀਕੇ ਨਾਲ ਸਿਹਤ ਸਹੂਲਤਾਂ ਤੋਂ ਜਾਗਰੂਕ ਕਰਨ ਅਤੇ ਉਹਨਾਂ ਦਾ ਇਲਾਜ ਕਰਨ ਲਈ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਧਰ ਲੁਧਿਆਣਾ ਬੱਸ ਸਟੈਂਡ ਦੇ ਨਜ਼ਦੀਕ ਪੰਜਾਬ ਪੁਲਿਸ ਦੀ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ ਹਾਦਸਾ ਵਾਪਰ ਗਿਆ। ਦਰਅਸਲ ਬੱਸ ਡਰਾਈਵਰ ਦਾ ਸੰਤੁਲਨ ਵਿਗੜ ਗਿਆ, ਜਿਸਦੇ ਚੱਲਦਿਆਂ ਬੱਸ ਸ਼ਰਾਬ ਦੇ ਠੇਕੇ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਸ਼ਰਾਬ ਦੇ ਠੇਕੇ ਦਾ ਸ਼ਟਰ ਵੀ ਟੁੱਟ ਗਿਆ। ਬੱਸ ਵਿੱਚ 13 ਦੇ ਕਰੀਬ ਪੁਲਿਸ ਮੁਲਾਜ਼ਮ ਸਵਾਰ ਸਨ। ਗਨੀਮਤ ਰਹੀ ਕਿ ਹਾਦਸੇ ਵਿੱਚ 4 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਹੀ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕਿੰਨੇ ਵਜੇ ਦਾ ਵਾਕਿਆ ਸਰ?
ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 15 ਦੇ ਕਰੀਬ ਚੋਰੀ ਦੇ ਮੋਬਾਈਲ ਫੋਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਨੌਜਵਾਨ ਜੰਮੂ ਦੇ ਰਹਿਣ ਵਾਲੇ ਨੇ। ਦੱਸ ਦਈਏ ਕਿ ਲੋਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਅੰਮ੍ਰਿਤਸਰ ਆਉਂਦੇ ਸੀ ਅਤੇ ਸ਼ਰਧਾਲੂਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਵਾਪਸ ਜੰਮੂ ਚਲੇ ਜਾਂਦੇ ਸਨ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਕੇ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 14 ਮਾਰਚ ਨੂੰ ਦਿੱਲੀ ਰਾਮਲੀਲਾ ਗਰਾਊਂਡ ਵਿੱਚ ਕਿਸਾਨ ਮਹਾਂਪੰਚਾਇਤ ਕੀਤੀ ਜਾ ਰਹੀ ਹੈ। ਉਸ ਵਿੱਚ ਸ਼ਾਮਿਲ ਹੋਣ ਲਈ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਦੀ ਪ੍ਰਧਾਨਗੀ ਹੇਠ ਬੁਢਲਾਡਾ ਦੇ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਦਾ ਕਾਫਲਾ ਨਾਅਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਮਨਾਉਣ ਲਈ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਲੀ ਦੇ ਰਾਮਲੀਲਾ ਗਰਾਊਂਡ 'ਚ ਮਹਾਂਰੈਲੀ ਕੀਤੀ ਜਾ ਰਹੀ, ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰਨਗੇ ਤਾਂ ਜੋ ਕਿਸਾਨਾਂ ਦੀ ਆਵਾਜ਼ ਨੂੰ ਲੋਕਾਂ ਅਤੇ ਸਰਕਾਰ ਤੱਕ ਪਹੁੰਚਾਇਆ ਜਾ ਸਕੇ। ਸੰਯੁਕਤ ਮੋਰਚਾ ਭਾਰਤ ਦੇ ਸੱਦੇ 'ਤੇ ਦਿੱਲੀ ਵੱਲ ਨੂੰ ਚਾਲੇ ਪਾ ਰਹੇ ਹਾਂ ਵੱਖ ਵੱਖ ਟ੍ਰੇਨਾਂ ਰਾਹੀਂ। ਅਸੀਂ ਅੱਜ ਬੁਢਲਾਡੇ ਸਟੇਸ਼ਨ ਤੋਂ ਇੰਟਰਸਿਟੀ ਰਾਹੀਂ ਜਾਵਾਂਗੇ। ਮੋਦੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਕਿਸਾਨਾਂ ਨਾਲ ਕੀਤੀਆਂ ਜਿਹੜੀਆਂ ਮੰਗਾਂ ਨੇ, ਵਾਅਦਾ ਕੀਤਾ ਹੋਇਆ ਲਿਖਤੀ ਰੂਪ ਦੇ ਵਿੱਚ, ਉਹ ਲਾਗੂ ਕਰੇ। ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਕਰੇ, ਜਿਵੇਂ ਖਾਸ ਕਰਕੇ MSP ਦੇ ਕਾਨੂੰਨੀ ਗਰੰਟੀ ਕਿਸਾਨਾਂ ਨੂੰ ਜਦੋਂ 60 ਸਾਲ ਦੀ ਉਮਰ ਦੇ ਵਿੱਚ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦੇਸ਼ ਦੇ ਵਿੱਚ ਅਨਾਜ ਦਾ ਪੂਰਾ ਭੰਡਾਰ ਭਰਿਆ ਹੈ, ਉਹਨਾਂ ਨੂੰ 60 ਸਾਲ ਤੋਂ ਬਾਅਦ ਬੁਢਾਪਾ ਪੈਨਸ਼ਨ, ਕਿਸਾਨਾਂ ਦਾ ਸਮੁੱਚਾ ਜਿਹੜਾ ਕਰਜ਼ਾ ਉਹ ਖਤਮ ਕਰੇ। ਇਸ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਭਖਦੀਆਂ, ਉਹਨਾਂ ਨੂੰ ਲੈ ਕੇ ਅੱਜ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਮਹਾਂਪੰਚਾਇਤ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਪੂਰੇ ਕਿਸਾਨ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਵੱਡੀ ਪੱਧਰ 'ਤੇ ਕਿਸਾਨ ਨੇ ਜਿਹੜੇ ਕਾਫਲੇ ਬੰਨ ਕੇ ਵੱਖ ਵੱਖ ਟ੍ਰੇਨਾਂ ਰਾਹੀਂ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਮਾਮਲਾ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਲਾਰੈਂਸ ਰੋਡ ਤੋਂ ਸਾਹਮਣੇ ਆਇਆ, ਜਿੱਥੇ ਇੱਕ ਮੋਟਰਸਾਈਕਲ ਸਵਾਰ ਜੋਮੈਟੋ ਡਿਲੀਵਰੀ ਕਰਨ ਵਾਲੇ ਨੌਜਵਾਨ ਵਾਲੇ ਰੋਂਗ ਸਾਈਡ ਬਾਈਕ ਚਲਾਉਣ ਉੱਪਰ ਜਦੋਂ ਟ੍ਰੈਫਿਕ ਪੁਲਿਸ ਦੇ ਨੌਜਵਾਨ ਵੱਲੋਂ ਉਸਨੂੰ ਰੋਕਿਆ ਗਿਆ ਤਾਂ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਨ ਉਪਰੰਤ ਉੱਥੇ ਹਾਈ ਵੋਲਟੇਜ ਡਰਾਮਾ ਹੋਇਆ, ਜਿਸ ਮੁਤਾਬਿਕ ਪੁਲਿਸ ਮੁਲਾਜ਼ਮ ਅਤੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਇੱਥੇ ਆਮ ਤੌਰ 'ਤੇ ਜੋਮੈਟੋ ਵਾਲੇ ਹਮੇਸ਼ਾ ਜਲਦਬਾਜ਼ੀ ਵਿੱਚ ਰੋਂਗ ਸਾਈਡ ਰੋਡ ਕ੍ਰੋਸ ਕਰਦੇ ਨੇ, ਜਿਸ ਨਾਲ ਹਾਦਸੇ ਹੋਣ ਦੀ ਸੰਭਾਵਨਾ ਰਹਿੰਦੀ ਹੈ, ਅਤੇ ਜਦੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਔਨ ਡਿਊਟੀ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਦੇ ਨੇ, ਜਿਸਦੇ ਚੱਲਦਿਆਂ ਪੁਲਿਸ ਮੁਲਾਜ਼ਮ ਵੱਲੋਂ ਉਕਤ ਮੋਟਰਸਾਈਕਲ ਚਾਲਕ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਗਈ। ਫਿਰੋਜ਼ਪੁਰ ਵਿੱਚ ਇੱਕ ਸਰਕਾਰੀ ਅਧਿਆਪਕ 'ਤੇ ਕਾਤਲਾਨਾ ਹਮਲਾ ਹੋਣ ਦੀ ਖਬਰ ਹੈ। ਜ਼ਖਮੀ ਅਧਿਆਪਕ ਦੀ ਪਛਾਣ ਧਰਿੰਦਰ ਸਿੰਘ ਵਜੋਂ ਹੋਈ ਹੈ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸਿਟੀ 'ਚ ਤਾਇਨਾਤ ਸੀ। ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ਦੇ ਬਾਹਰ ਅਧਿਆਪਕ ਧਰਿੰਦਰ ਸਿੰਘ 'ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਹਾਲਾਂਕਿ ਹਮਲਾ ਕਰਨ ਵਾਲੇ ਵਿਦਿਆਰਥੀ ਸਨ ਜਾਂ ਫਿਰ ਕੋਈ ਹੋਰ, ਇਸ ਬਾਰੇ ਪੁਸ਼ਟੀ ਹੋਣੀ ਬਾਕੀ ਹੈ। ਜ਼ਖਮੀ ਹਾਲਤ ਵਿੱਚ ਅਧਿਆਪਕ ਧਰਿੰਦਰ ਸਿੰਘ ਨੂੰ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅੰਮ੍ਰਿਤਸਰ ਦੇ ਥਾਣਾ ਮੋਕਮਪੁਰਾ ਇਲਾਕੇ ਵਿੱਚ ਇੱਕ ਨੌਜਵਾਨ ਲੜਕਾ ਜੋ ਘਰੋਂ ਸ਼ਿਵਰਾਤਰੀ ਦਾ ਮੇਲਾ ਵੇਖਣ ਦੇ ਲਈ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਮੁੜਿਆ। ਅੱਜ ਉਸਦੀ ਮ੍ਰਿਤਕ ਦੇਹ ਥਾਣਾ ਬੇਰਕਾ ਦੇ ਪਿੰਡ ਮੁੱਦਲ ਵਿਖੇ ਮਿਲੀ ਹੈ। ਇਸ ਮੌਕੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਉੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹਨਾਂ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਉਹਨਾਂ ਦੇ ਲੜਕੇ ਦਾ ਨਾਂ ਆਕਾਸ਼ਦੀਪ ਸਿੰਘ ਅਤੇ ਉਸਦੀ ਉਮਰ 21 ਸਾਲ ਦੇ ਕਰੀਬ ਸੀ। ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉੱਥੇ ਥਾਣਾ ਬੇਰਕਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਾਨੂੰ ਡੈੱਡ ਬੋਡੀ ਮਿਲੀ ਉਹ ਮੈਂ 72 ਘੰਟੇ ਲਈ ਸ਼ਨਾਖਤ ਨਹੀਂ ਲਵਾਈ ਉੱਥੇ। ਅੱਛਾ ਜੀ, ਡੈੱਡ ਬੋਡੀ ਕਿੱਥੋਂ ਮਿਲੀ? ਡੈੱਡ ਬੋਡੀ ਆਪਣੇ ਬਾਈਪਾਸ ਤੋਂ ਫੇਰ ਕੇ। ਅੱਛਾ, ਤੇ ਇਹ ਹੁਣ ਦੋਸ਼ੀ ਕਿੰਨੇ ਫੜਿਆ ਤੁਸੀਂ? ਦੋਸ਼ੀ ਜੇ ਕੋਈ ਨਹੀਂ ਫੜਿਆ, ਦੋਸ਼ੀ ਨਹੀਂ ਜੇ ਕੋਈ ਵੀ ਫੜਿਆ। ਨਹੀਂ, ਨਾਲੇ ਕਿਹਾ ਜਾਂਦਾ ਇੱਕ ਮੁੰਡਾ ਫੜਿਆ ਗਿਆ ਜੀ। ਨਹੀਂ, ਦੋਸ਼ੀ ਨਹੀਂ ਕੋਈ ਫੜਿਆ, ਜੇ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਆਣ ਕੇ ਦੱਸਿਆ ਜਿੰਦਾ ਤੇ ਸ਼ੱਕ ਨੂੰ ਚੁੱਕ ਕੇ ਲਿਆਉਂਦੇ ਤਾਂ ਕਰਕੇ ਜਿਹੜੀ ਕਾਰਵਾਈ ਆਪਾਂ ਪਤਾ ਲੱਗਿਆ ਕਿ ਕੁਛ ਅਜੇ ਨਹੀਂ ਕੋਈ ਪਤਾ ਲੱਗਾ, ਜੇ ਆਪਾਂ ਸਿੱਖ ਸਾਹਿਬ ਆਉਂਦੇ ਹਾਂ ਜਿਹੜੀ ਕਾਰਵਾਈ ਬਣਦੀ ਹੀ ਕਰਾਂਗੇ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।